ਦਾ ਵਾਹਿਗੁਰੂ ਜੀ ਕੀ ਫਤਿਹ। ਦਾਸ ਬੁੱਧ ਸਿੰਘ ਚਾਂਗਾ ਹਾਲੀਆ ਕਿਸਾਨ ਮਜ਼ਦੂਰ ਮੋਰਚਾ ਵਾਹਿਗੁਰੂ ਪ੍ਰਧਾਨ ਪੰਜਾਬ। ਇਹ ਅਪੀਲ ਵੱਧ ਤੋਂ ਵੱਧ ਸ਼ੇਅਰ ਕਰਦੇ ਵੀਰੋ ਕਿ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਕਣਕ ਦਾ ਵਧੀਆ ਰੇਟ ਦੇਵੇ ਕਿ ਜਿਹਦੇ ਨਾਲ ਕਿਸੇ ਵੀ ਕਿਸਾਨ ਨੂੰ ਘਾਟਾ ਨਾ ਮਹਿਸੂਸ ਹੋਵੇ, ਕਿਉਂਕਿ ਕੁਝ ਕੋਰੋਨਾ ਦੀ ਬਿਮਾਰੀ ਦੀ ਕਰਕੇ ਲੋਕਾਂ ਦੇ ਵਿੱਚ ਜਿਹੜੀ ਆ ਗਰੀਬੀ ਨੇ ਪੈਰ ਪਸਾਰੇ ਹੋਏ ਨੇ ਤੇ ਕੁਝ ਕੁਦਰਤੀ ਗੈਰ ਵੀ ਹੋਇਆ, ਜਿਹਨੂੰ ਕਹਿ ਦਈਏ ਕਿ ਗੜੇਮਾਰੀ ਵੀ ਹੋਈ ਆ। ਉਹਦੇ ਵਾਸਤੇ ਵੀ ਸਰਕਾਰ ਜਿਹੜੇ ਜਿਹੜੇ ਵੀਰਾਂ ਦੀ ਫਸਲ ਗੜੇਮਾਰੀ ਦੇ ਨਾਲ ਕੁਝ ਜ਼ਿਲ੍ਹਿਆਂ ਦੇ ਵਿੱਚ ਮਾਰੀ ਗਈ ਆ, ਉਹਨਾਂ ਕਿਸਾਨਾਂ ਨੂੰ ਉਹਨਾਂ ਦੇ ਜ਼ਮੀਨਾਂ ਦੀਆਂ ਤੁਰੰਤ ਗਰਦੌਰੀਆਂ ਕਰਕੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਵੱਧ ਤੋਂ ਵੱਧ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਤੇ ਜਿਹੜੇ ਕਿਸਾਨ ਫਸਲ ਲੈ ਕੇ ਮੰਡੀਆਂ ਵਿੱਚ ਆਉਂਦੇ ਆ ਉਹਨਾਂ ਦੀ ਫਸਲ ਬਿਲਕੁਲ ਵੀ ਰੁਣ ਨਾ ਦਿੱਤੀ ਜਾਵੇ, ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ ਰੇਟ ਵੱਲੋਂ। ਔਰ ਜਿਹੜੇ ਉੱਥੇ ਮਜ਼ਦੂਰ ਕੰਮ ਕਰ ਰਹੇ ਆ ਉਹਨਾਂ ਦੇ ਵਾਸਤੇ ਵੀ ਉਹਨਾਂ ਨੂੰ ਮੰਡੀਆਂ ਦੇ ਵਿੱਚ ਵਧੀਆ ਜਿਹੜਾ ਦਿਹਾੜੀ ਭੱਤਾ ਦਿੱਤਾ ਜਾਵੇ, ਕਿਉਂਕਿ ਇਸ ਟਾਈਮ ਤੇ ਕਿਸਾਨ ਦੀ ਵੀ ਹਾਲਤ ਬੜੀ ਖਸਤਾ ਵਾ ਤੇ ਮਜ਼ਦੂਰ ਦੀ ਹਾਲਤ ਵੀ ਬੜੀ ਖਸਤਾ ਵਾ। ਸਰਕਾਰ ਇਹ ਸਹਿਯੋਗ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਦੀ ਮਦਦ ਕਰੇ, ਵਧੀਆ ਰੇਟ ਦੇਵੇ ਤੇ ਕਿਸਾਨਾਂ ਨੂੰ ਪੰਜਾਬ ਸਰਕਾਰ ਉਹਨਾਂ ਦੀ ਫਸਲ ਰੁੜ ਨਾ ਦੇਵੇ। ਇਹੋ ਟਾਈਮ ਆ ਕਿਸਾਨਾਂ ਦੀ ਸੇਵਾ ਕਰਨ ਦਾ, ਉਹਨਾਂ ਦੀ ਫਸਲ ਚੱਕ ਕੇ ਉਹਨਾਂ ਦੇ ਉੱਤੇ ਇੱਕ ਵੱਡਾ ਅਹਿਸਾਨ ਕਰਨ ਦਾ। ਜੇ ਅੱਜ ਸਰਕਾਰ ਫਸਲ ਨਹੀਂ ਚੁੱਕਦੀ ਤਾਂ ਸਰਕਾਰ ਦੀ ਸਿੱਧੀ ਜੀ ਜਿਹੜੀ ਆ ਉਹ ਇਕਮ ਸਾਬਤ ਹੋਊਗਾ ਕਿ ਕਿਸਾਨਾਂ ਦੇ ਹੱਕ ਵਿੱਚ ਸਰਕਾਰ ਨਾ ਨਾ ਪਹਿਲਾਂ ਸੀ ਨਾ ਹੁਣ ਆ। ਇਸ ਕਰਕੇ ਬੇਨਤੀ ਆ, ਅਪੀਲ ਆ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਫਸਲ ਚੱਕਣ ਵਾਸਤੇ ਵਧੀਆ ਤੋਂ ਵਧੀਆ ਪ੍ਰਬੰਧ ਕੀਤੇ ਜਾਣ ਔਰ ਮੰਡੀਆਂ ਦੇ ਵਿੱਚ ਵੀ ਵਧੀਆ ਪ੍ਰਬੰਧ ਕੀਤੇ ਜਾਣ ਜਿਹਦੇ ਨਾਲ ਕਿਸੇ ਵੀ ਕਿਸਾਨ ਨੂੰ ਕੋਈ ਵੀ ਮੁਸ਼ਕਲ ਨਾ ਆਵੇ, ਕਿਸੇ ਵੀ ਕੰਮ ਕਰਨ ਵਾਲੇ ਮਜ਼ਦੂਰ ਨੂੰ ਕੋਈ ਨਾ ਮੁਸ਼ਕਲ ਆਵੇ। ਇਹ ਬੇਨਤੀ।